ਇਹ ਜਿਹੜੇ ਮੇਰੇ ਤੋਂ ਪਹਿਲੇ ਸੈਕਟਰੀ ਸਾਹਿਬ ਹਨ ਜਨਾਬ ਲਾਲ ਖਾਨ ਬਲੋਚ ਸਾਹਿਬ, ਉਹ ਫਰਮਾ ਰਹੇ ਹਨ ਕਿ ਮੇਰਾ ਬਟੂਆ ਇੱਥੇ ਕਿਤੇ ਗੁੰਮ ਹੋ ਗਿਆ ਅਤੇ ਨਿਆਜ਼ੇ ਮੌਲਾ ਜਿਸ ਕੋਲ ਵੀ ਹੋਵੇ ਅਤੇ ਪੈਸੇ ਬੇਸ਼ੱਕ ਰੱਖ ਲਵੇ, ਬਟੂਆ ਉਹਨਾਂ ਦੇ ਚੱਲੇ। ਬੜੀ ਮਿਹਰਬਾਨੀ। ਉਹ ਚਿਨਿਓਟ ਗੁੰਮ ਹੋਇਆ ਜੀ, ਇੱਥੇ ਨਾ ਹੋਇਆ। أعوذ بالله من الشيطان الرجيم، بسم الله الرحمن الرحيم، صلوات محمد وآل محمد، الحمد لله السلام على أشرف الأنبياء والمرسلين، صلوات اللهم صل على محمد وآل محمد، ثم السلام كان نبيا آدم بين الماء والتين، صلوات اللهم صل على محمد وآل محمد، بسم الله الرحمن الرحيم، اللهم إني أسألك بحق يا يا بنت ملاهم آسر لي حسين عليه السلام، صلوات بابا بشا جی ہزار روپیہ پہلی لین تے غازی رنگ لاوے، سلامت رہو بھائی، اللہ برامد جوڑ سلامت رکھے، امڑی حسین دی کسے دا محتاج نہ کرے، علی بادشاہ نو من، علی بادشاہ نو سوچنا، تو من داوی علی علی اے، تو نا من داوی علی علی، ہائے ہائے ہائے، علی اس واسطے علی اے جو علی نو بناون والا وی علی، سنی سنی رو شیا شیا رو چودھر والا بیت اللہ دا حاجیاں، حسین بادشاہ دا مدا خان، ہاتھ بان کی اپیل کر کے مشورہ دے کے اکساں پیو چھوڑ نہ پوی چھوڑ دے میں علی نہ چھوڑے، ہائے ہائے سبحان اللہ، مسلمان تے عقل تو حیران، تو منن تے آویں ماں دی اکھ لگ کے پیو من لیں، نمنے نبی دے آکھے لگ کے علی نو مندا بلائے بھائی، میں ہن کھڑویا میں ڈھیلاں دے تئی پڑھدا رہاں نہ تبانی میں ہی ہاں، مجلس تبانی وی ہاں، مینوں کہہ نہیں آکھنا بس چا کر، لیکن توجہ فرماؤ تے لطف لاؤ، جڑے بندے مونجے بیٹھے بے ساخت علی علی اسی ولائے علی دے ایسی چل جاسن، پوری توجہ، او مسلمان تڑی اکل تو حیرانا، منن دیا وے ماں دیا کھلا کے پیو من لے دے، نمنے نبی دیا کھلا کے علی نو مند،
ਮਾਂ ਤੈਨੂੰ ਕੰਨ ਹੀ ਦੱਸੇ ਜੇ ਕੱਲ ਦੇ ਦਿਨ ਗਦੀਰ ਤੇ ਸਵਾ ਲੱਖ ਹਾਜੀਆਂ ਚ ਖਲੋ ਕੇ ਦੱਸੇ ਚਿੱਟੇ ਦੀਨ ਦੱਸੇ ਰਾਤ ਨੰਦੇ ਦੱਸਿਆ ਭੁੱਲ ਗਈਆਂ ਗਰਮੀ ਦਾ ਮੌਸਮ ਆਈ ਕੱਲ ਦਾ ਦਿਨ ਬੜਾ ਗਰਮ ਆਈ ਗਰਮੀ ਇਤਨੀ ਆਈ ਕੌਣ ਬੋਲੇ ਸੀ ਇਤਨਾ ਗਰਮੀ ਦਾ ਜ਼ੋਰ ਆਈ 1400 ਸਾਲ ਗੁਜ਼ਰ ਗਏ ਲੋਕਾਂ ਦੇ ਅੰਦਰੋਂ ਅੱਜ ਤਾਈਂ ਉਹ ਗਰਮੀ ਗਈ ਕੋਈ ਨਹੀਂ ਹਾਏ ਹਾਏ ਜ਼ਿੰਦਗੀ ਵੀ ਬਚਿਆ ਜ਼ਿੰਦਗੀ ਵੀ ਉਹ ਬੇਟਾ ਜਾਤੀ ਵੀ ਇਸ ਗਰਮੀ ਵੱਤ ਪਹੁੰਚਣਾ ਹੀ ਕੋਈ ਨਹੀਂ ਇਹਦੀ ਖਾਸ ਵਜ੍ਹਾ ਜਿਹੜੇ ਪਿੱਛੇ ਬੈਠੇ ਨੇ ਜਾਂ ਖਲੋਤੇ ਨੇ ਹਰ ਬੰਦੇ ਤੇ ਮੇਰੀ ਦੀਦ ਤਸੰਨੋ ਬਨਾਵਟ ਅਲ ਜ਼ਾਕਿਰ ਨਾ ਹਰ ਬੰਦੇ ਵਾਸਤੇ ਇੱਕੋ ਜਿਹਾ ਜ਼ਾਕਿਰ ਆ ਜ਼ਿੰਦਗੀ ਸਾਰੀ ਤਸੰਨੋ ਬਨਾਵਟ ਮਿੰਬਰ ਦੀ ਕਸਮ ਨਹੀਂ ਕੀਤੀ ਤਵੱਜੋ ਫਰਮਾਓ ਤੇ ਲੁਤਫ ਲਾਓ ਹਰ ਬੰਦੇ ਵਾਸਤੇ ਇੱਕੋ ਜਿਹਾ ਜ਼ਾਕਿਰ ਆ ਤਵੱਜੋ ਫਰਮਾਓ ਤੇ ਲੁਤਫ ਲਾਓ ਬਾਈ ਅੱਲਾ ਦੀ ਕਸਮ ਜਾ ਕੇ ਪਿਆਦਾ ਇਸ ਗਰਮੀ ਇਸ ਵਾਸਤੇ ਨਹੀਂ ਵੰਜਣਾ ਗੁਰਦੇਵ ਖਰਾਬ ਹੋਵੇ ਪਾਣੀ ਨਹੀਂ ਪਚਦਾ ਮੈਦਾ ਖਰਾਬ ਹੋਵੇ ਲੰਗਰ ਨਹੀਂ ਪਚਦਾ ਖੂਨ ਖਰਾਬ ਹੋਵੇ ਅਲੀ ਨਹੀਂ ਪਚਦਾ ਕਿਆ ਬਾਤ ਕਿਆ ਬਾਤ ਲੱਦੜੀਆਂ ਦਿੰਦੀਆਂ ਨਾ ਸਮਾਵੇ ਲਾਈਆਂ ਮੀਨ ਅੱਛਾ ਅੱਲਾ ਤਾੜੀਆਂ ਹੀ ਦਿੰਦੀਆਂ ਇਲਾਹੀ ਅਮੀਰ ਅਮੀਰ ਤੇ ਅਮੀਰ ਹੀ ਰਹੇ ਦੁਨੀਆਂ ਵਾ ਬਾਈ ਗੁਰਦੇਵ ਖਰਾਬ ਹੋਵੇ ਪਾਣੀ ਨਹੀਂ ਬਚਦਾ ਮੈਦਾ ਖਰਾਬ ਹੋਵੇ ਲੰਗਰ ਨਹੀਂ ਬਚਦਾ ਖੂਨ ਖਰਾਬ ਹੋਵੇ ਅਲੀ ਨਹੀਂ ਬਚਦਾ ਬਿਸਮਿਲਲਾ ਬਾਈ ਜੋ ਫਰਮਾਓ ਤੇ ਲੁਤਫ ਲਾਓ ਆਦਾ ਪਿਆ ਇਮਰਾਨ ਦਾ ਪੁੱਤਰ ਅਲੀ ਹੈ ਆਹਾ ਜਿਹੜਾ ਮੰਗਤਿਆਂ ਨੂੰ ਸੁਲਤਾਨ ਬਣਾਵੇ ਕਾਇਨਾਤ ਜਵਾਏ ਸਖੀ ਹੈ ਪਿੱਛੇ ਖਲੋ ਦੇ ਬਾਈ ਇਹ ਲੰਗਰ ਨਿਆਜ਼ੀ ਹੋ ਗਈ ਅੱਲਾ ਕਬੂਲ ਫਰਮਾਵੇ ਬਿਸਮਿਲਲਾ ਪੜ ਕੇ ਰਾਖਿਆ ਕਰਦਾ ਸਪੀਕਰ ਬੰਦ ਹੋ ਗਿਆ ਜੀ ਆ ਗਏ ਸਪੀਕਰ ਬੰਦ ਕਰ ਛੋੜੇ ਯਾਰ
ਐਡੀ ਗਰਮੀ ਚ ਇਤਨਾ ਜ਼ੋਰ ਲਾਉਣਾ ਕੋਈ ਸੌਖਾ ਕੰਮ ਹੈ? ਬਣੀਆਂ ਦਿੰਦੀਆਂ ਵਨ ਜੀ ਬਿਸਮਿਲਲਾ। ਹਾਂਜੀ ਬਿਸਮਿਲਲਾ। ਪੂਰੇ ਮੁਲਕ ਮਹਿਰਾਜ ਜਾਂ ਰੁਕਣਾ ਵਾਲੇ ਕੀਤੇ ਜਾਂ ਮਲਕ ਅਮੀਰ ਕੀਤੇ? ਅੱਲਾ ਰੁਕਣ ਵਾਲੇ ਨੂੰ ਜੰਨਤ ਸਜਾਉ ਦੇ ਕਰਦਾ ਸੁਣਾ। ਅਲੀ ਦਾ ਖਾ ਕੇ ਅਸਾਡੀ ਜ਼ਬਾਨ ਇਹ ਚਾਦਨ ਥੁੱਕ ਗਈ। ਇਹ ਬੰਦਾ ਭੈੜਾ ਕੰਮ। ਠੀਕ ਹੈ ਠੀਕ ਹੈ ਠੀਕ ਹੈ ਜੈਨ ਸ਼ਰੀਫ। ਹਾਂ ਭਾਈ ਭੈੜਾ ਕੰਮ ਕਰੇ। ਇਹ ਨਾਮ ਮਿਲ ਗਏ। ਇਹ ਗੱਲ ਅੱਗੇ ਜਿਹੜੀ ਕੀਤੀ ਵੱਧ ਕਰ। ਮੌਲਾ ਗਵਾਹ ਹੈ ਆ ਨਾ ਪਏ ਆਖਰੀ ਦੁਨੀਆ ਦੇ ਸਾਡੀ ਜ਼ਬਾਨ ਵਿੱਚ ਕੋਈ ਬੰਦਾ ਭੈੜਾ ਕੰਮ ਕਰੇ ਨਾ ਆਦੇ ਅਸਾਂ ਆਦੇ ਥੁੱਕ ਗਈ। ਇਹ ਲਫ਼ਜ਼ ਤੇ ਤਵੱਜੋ ਕਰਨੀ ਹੈ। ਗੁਰਬਈ ਅੱਜ ਕਰਨਾ ਚਾਹੁੰਦਾ ਰਿਸਕਾਉਂਟ ਦਿੰਦੇ ਅੱਲਾ ਪਾ ਤਕਸੀਮ ਅਲੀ ਬਾਦਸ਼ਾਹ ਕਰਦੇ ਅਲੀ ਦਾ ਖਾ ਕੇ ਤੂੰ ਰਿਸਕ ਮੁੱਲਾ ਵਦਾ ਜੋ ਭਾਂ ਕੇ ਹਯਾ ਥੁੱਕ ਗਈ। ਸੱਕੇ ਸੱਕੇ ਹਰ ਜ਼ਾਕਿਰ ਬਾਦਸ਼ਾਹ ਹਰ ਜ਼ਾਕਿਰ ਅੱਲਾ ਜ਼ਿੰਦਗੀਆਂ ਕਰੇ ਮੇਰੇ ਹੁਸੈਨ ਬਾਦਸ਼ਾਹ ਦੇ ਮਜ਼ਾਕ ਖਾਨ ਹਰ ਦੀ ਜ਼ਬਾਨ ਦੀ ਤਸੀਰ ਹੋਵੇ। ਅੱਲਾ ਇਸ ਨਾਲ ਨਵਾਜ਼ੇ। ਉਹ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਗਦੀਰ ਦੇ ਬਾਰੇ। ਅੱਲਾ ਬਾਦਸ਼ਾਹ ਫਰਮਾਇਆ ਮੇਰਾ ਮਹਿਬੂਬ ਪਲਾਨਾਂ ਦਾ ਮੈਂਬਰ ਬਣਾ। ਅੱਜ ਵਾਲਾ ਐਲਾਨ ਜ਼ਰੂਰੀ ਤਵੱਜੋ ਹੈ ਜੀ। ਮੇਰਾ ਮਹਿਬੂਬ ਮੈਂ ਸੁਪਰ ਪਾਵਰ ਹਾਂ। ਮੈਂ ਤਖਤ ਸੁਲੇਮਾਨ ਭੇਜਾ ਜੀ। ਤਵੱਜੋ ਹੈ ਜੀ। ਅੱਜ ਮੈਂਬਰ ਉਸ ਤੋਂ ਵੀ ਚੰਗਾ ਭੇਜ ਸਕਦਾ ਕਿਉਂਕਿ ਸੁਪਰ ਪਾਵਰ ਹਾਂ। ਐਲਾਨਾਂ ਦਾ ਮੈਂਬਰ ਇਸ ਵਾਸਤੇ ਆਖਿਆ ਇਹ ਹਾਜੀ ਸਾਰੇ ਇਹਨਾਂ ਉੱਠਾਂ ਨਾਲ ਬੜਾ ਸ਼ੌਕ ਇਹ ਰੱਖਦੇ ਉੱਠ ਚਰੈਂਦੇ ਉੱਠ ਸਾਰਾ ਦਿਨ ਗੱਲਾਂ ਉੱਠਾਂ ਦੀਆਂ ਕਰੇਂਦੇ ਨਾਰ ਕਰਕੇ ਖਾਂਦੇ ਉੱਠ। ਪਤਾ ਨਹੀਂ ਕੌਣ ਬੋਲੇ ਸੀ ਉੱਠਾਂ ਨਾਲ ਰਹਿ ਰਹਿ ਕੇ ਉੱਠ ਮਿਜ਼ਾਜ ਹੋ ਗਏ। ਹਾਏ ਹਾਏ ਉੱਠਾਂ ਨਾਲ ਰਹਿ ਰਹਿ ਕੇ ਉੱਠ ਮਿਜ਼ਾਜ ਹੋ ਗਏ ਅਤੇ ਜਿਹੜੇ ਉੱਠ ਮਿਜ਼ਾਜ ਹੋਵੇ ਨਾ ਉਹ ਭੁੱਲਦੇ ਜਲਦੀ ਹੈ। ਇਹ ਭੁੱਲ ਵੈਂਦੇ ਨੇ। ਇਹ ਪਲਾਣਾ ਦਾ ਮੈਂਬਰ ਇਸ ਵਾਸਤੇ ਬਣਾਏ ਅੱਜ ਵਾਲਾ ਐਲਾਨ ਭੁੱਲਣ ਵਾਲਾ ਨਹੀਂ। ਇਹ ਹਮੇਸ਼ਾ ਯਾਦ ਰੱਖਦੇ ਨੇ। ਪਲਾਣਾ ਰੱਖੇਂਦਿਆਂ ਵੀ ਲਹੇਂਦਿਆਂ ਵੀ ਤਵੱਜ ਹੈ ਜੀ। ਸੁਣਾਵੀਏ ਕਸੀਦਾ ਇੱਕ ਮਿੰਟ ਜੀ। ਅੱਗ ਤੂੰ ਅੱਛਾ ਉਹ ਹੀ ਪੜਾਉਣਾ ਬਿਸਮਿਲਲਾ ਉਹ ਹੀ ਪੜ੍ਹਦੇ ਨੇ।
अच्छा नहीं नहीं पांच नहीं लाइन लाइन लगी बैठी जाकरन दी सारे अपने अल्लाह इन्हां दी जिंदगियां करे अल्लाह इन्हां दी जुबान च तासीर पावे जिंदा हो सलामत रहो। बादशाह फरमाया तेरा बड़ा सोहना परवाज है परवाज बहुत सोहना करदा है जबरील सुने अख झिमकदी दी देर च यूसुफ नबी नू सतवीं इट तक ना ही वंजन दिता ये परवाज करके मैं दिखा लेकिन आज दे परवाज इतना जौलान होवे इतना इतनी तेजी होवे तू परवाज कर मैं अली देखना लाऊं मैं डेढ़ दिया मेरी अखियां को छुप जावे कदम दे हाथ ला कदे मौला अल्लाह उदी न चाड़े भाई स्पीकर वाला स्पीकर वाला स्पीकर वाला थोड़ जा आवाज खोल थोड़ जा आवाज खोल मेरी अखियां को छुप जावे हाथ जोड़ कर दे मौला डी न चाड़े जे थोड़ी अखी को दूर हो जावा सरकार फरमाए आज परवाज करके दिखावना पोसी सोना जो परवाज करके दिखा जो मेरी अखियां को छुप जावे तवज्जो है जी परवाज करदा 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 थक के वापस हो लिया कप कपी शुरू बादशाह फरमाया ओ जबरील होने नाल वाला है जी मौला वाला है तो मेरी अखी अगू छुपया तो नहीं तवज्जो है जी जेड़ी गल की सुनाओ कसीदा अगू तू डिंस दे लज पा ले अली 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 ਮਸ਼ਹੂਰ ਜਗ੍ਹਾ ਤੇ ਗਿਆ ਉਹਦਾ ਨਾਂ ਚਾ ਕੇ ਦੱਸਾ ਮੁੱਦਤ ਦੇ ਬਾਅਦ ਕਸੀਦਾ ਪੜਦੇ ਪਏ ਸੋਦੀਆਂ ਤੂੰ ਪੁੱਛਿਆ ਬਈ ਤੈਨੂੰ ਸ਼ੇਰ ਆਉਂਦਾ ਜਾਂ ਨਾ ਲਿਖਿਆ ਵਿੱਚ ਇਹਨੇ ਕੋ ਨਾ ਤਵੱਜੋ ਫਰਮਾਓ ਤੇ ਸ਼ੇਰ ਸੁਣਾਉਣਾ ਚਾਹਨਾ ਮੁੱਦਤ ਮਜ਼ੀਦ ਦੇ ਬਾਅਦ ਭਾਵੇਂ ਪੱਪੂ ਸ਼ਾਹ ਔਰ ਫਰਮਾਇਸ਼ ਕਰ ਦਿੱਤੀ ਹੈ ਅੱਲਾ ਦੇ ਨੀ ਅੰਦਰ ਆ ਫਰਮਾਵੇ ਜੋੜੇ ਦੀਆਂ ਹਯਾਤੀਆਂ ਹੋਵੇ ਜਨਾਬ ਨੂੰ ਸ਼ੇਰ ਪੇ ਸੁਣਾਉਣਾ ਹਾਂ ਬਈ ਤੂੰ ਵਲੇ ਜਲਵੇ ਵਿੱਚ ਤੂੰ ਹੱਥ ਖੜਾ ਕਰ ਗਿਆ ਹੈ ਦਾਰੀ ਦੂਰ ਵਾਲੇ ਜਲਵੇ ਵਿੱਚ ਤੂੰ ਹੈ ਆਮਦੇ ਸਜਦੇ ਵਿੱਚ ਤੂੰ ਦੂਰ ਵਾਲੇ ਜਲਵੇ ਵਿੱਚ ਤੂੰ ਹੈ ਆਮਦੇ ਸਜਦੇ ਵਿੱਚ ਤੂੰ ਹੈ ਚੰਨ ਤਗੜਾ ਚਲਦੇ ਵਿੱਚ ਤੂੰ ਹੈ ਕਾਦੇ ਗਿਆ ਕਾਦੇ ਵਿੱਚ ਤੂੰ ਹੈ ਚੰਨ ਤਗੜਾ ਚਲਦੇ ਵਿੱਚ ਤੂੰ ਹੈ ਕਾਦੇ ਗਿਆ ਕਾਦੇ ਵਿੱਚ ਤੂੰ ਹੈ ਮੋਮਿਨ ਮਵਾਲੀ ਦੇ ਜਾ ਕਿਆ ਬਾਤ ਜ਼ਿੰਦਗੀਆਂ ਆ ਨਿਯਮਾਂ ਅਮਾ ਜੀ ਆਲੀ ਮਦਦ ਮਾਸ਼ਾ ਵੇ ਅਮਾ 240 ਚੱਕ ਖੋਜਾਂਗਾ ਬਹੁਤ ਵੱਡੀ ਮਹੀਨਤ ਕਰਾਉਂਦੇ ਬਾਨੀਆਂ ਨਾ
ملک دے ذکر انہاں کول پڑیا ہے رکنا اللہ اللہ جنت ہی جا دے وہ تے میں تے لازمن ہوندے اسے نہ ماں کول پڑن والے ہم اللہ مزید درجات بلند فرماوے مولا دے ذکر پہاڑ پہاڑ تو ہی وڈے ذکر ہیں زندگی ساری جہاں کہیں دی آس آڑ نہیں رکھی ایڈا لاکے اللہ کروٹ کروٹ جنت الفردوس جگہ تا اللہ انہوں نے شاگرداں نوں ہی بخت ہور عطا فرماوے الحمدللہ نام تو قائم ہے سارے جو پڑھ دین تے سارے زور لا کے پڑھ دین سارے دے وچوں خوشبو تے رکنا لین دی آندی ہے ہیں اے تے گل سچی ہے جی جی بڑا جاندے ہیں بھائی جی جی پورا فیصلہ ہے اللہ انہاں دی زندگیاں کرے امام حسین وسدر تے انہاں سارے شاگرداں نوں پتہ ہے زندگی ساری رکن والے ہر بندے نال سنگ اڑائے میرے نال نہیں اڑائے آدم تو میرا بھرا او دی مہربانی اسا اونوں چھیڑا ہی کدی نہ جو سن نہ چھڑیندا ساڈے نال او بھرا اپنا نہیں بہندا ہی ساڈے نال وچ مشکل دے پھر علی دے کوئی سہارا نہیں ہوندا وچ مشکل دے پھر علی پیدا ہوئی میں ایڈا لور تے بڑھڑے بندے دا لاونا سبحان اللہ اللہ انہاں نوجواناں دی حیاتی دراز فرماوے رب کو ملواں تے کو رب دا دار دکھلاواں جڑے چپ کیتی بیٹھے انہاں نوں سناواں انہاں سوزیاں کو آزماواں پہ گرمی چ مڑا زور لگے تے لگنا چاہیدا ہے سبحان اللہ واہ جی بسم اللہ اللہ دنیاں کرے گا دی ڈنگنا وے رب کو ملنے آ ملواں تے کو رب دا گھر دکھلاواں رب کو ملنے آ گھر دکھلا کیوں مدلہ
नौकरा खामोश क्यों बदला लिया है जित जित प्या सूरादा आज मर्जी लाल मयावना होंदा यानी गल मैं जान नौकरा बाबा तनु कफन जी जी नौकर तनु कफन पवाइया चलो कुछ बचदाया नासिर भाई और गला कर पढ़न वाले खामोश क्यों वो मेरे लाल अल्लाह जित जित प्यार सुराद ये मर्दी नाल मैं आवना होंदा यानी गल मैं जान बंदे रोवन आयो मुसलमाना उठन समेत लुटे यो खामोश क्यों मदलाल अलावांगे जित जित प्यार सुगरादा आज मर्दी नाल मैं आमना होंदा यानी गल मैं मजमून नजदीक हाय मैं कुर्बान हो या हालत न पूछे हालत आई इन हाथ रुदे हो मैं कुर्बान हो या उठा समेत लुटा ने अपने कोल उठो पेश किते ने जड़े सवारी दे काबिल ना है मावें जो है माओलान गजना गजना पयाने बाबा जी दारो कतार रोंदे ने बिल बिलाने बीबिया दी मामे माम दा पुत्रे हैवान दिया बोलिया जान दाए मैंनु डास ए हैवान रोंदे क्यों मैं आदे क्या इन हिक बैन सैयदा दे नरवा हिक बैन वादे वदेन उबाले कदम न जवाए अम्मा दिया बलिया हो सदके 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 उबाले कदम न जवाए अम्मा दिया बलिया हो बिन पलान उठो ते सवार मैं कुर्बान हो बाबा पप्पू शाह जी बिन पलान उठा ते सवार मक्तल काज चु गुजर एक बाबा मोहम्मद याद नु सहरिए बाबा जी 84 साल दा बुढ़ा ओ आदे अमीर हुसैन मैं बंद लिखदा
بابے خادم حسین شاہ 38 والے نوں دیندا او پڑھدے آئن مومن روندے آئن دعا کرندے آئن ہن بندہ ملدا کوئی نہیں بند کر کو لکھنے میں منت کیتی بابا میں کو لکھا انہاں آکھیا اچھا لکھ بچڑا ایک بند مینوں لکھاو انہاں آکھیا لکھ میں قلم کاغذ لے بیٹھا میں آکھا بابا کیڑی جات بند میر حسین میں بھین دا بھراؤ دی مقتل اٹھ تو لانا لکھا میں آکھا بابا کیویں مرن ویسے مرن ویسے میں آکھا بابا کیویں لتھی ہے بابے تصویر لئیے جائی زہرا دی